ਉਹ ਬਾਬਾ ਬਾਬਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇਹ ਪਿਆਰ ਦਾ ਸੰਦੇਸ਼ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਹੁੰਦੇ ਏਕ ਨੂਰ ਤੇ ਸਭ ਜਗ ਉਪਜੈ ਕੌਣ ਭਲੇ ਉਹ ਮੰਦੇ। ਐਸੀਆਂ ਸਿੱਖਿਆਵਾਂ ਐਸਾ ਸੰਘਾਰ ਸਤਿਗੁਰ ਸਿਧਾਂਤ ਸਾਨੂੰ ਦੇ ਕੇ ਗਏ ਨੇ ਜਿਸਦੇ ਵਿੱਚ ਖਾਲਕ ਖਲਕ ਖਲਕ ਮਹਿਮਾ ਰੱਬ ਵਸੈ ਮਾਹੇ ਮੰਦਾ ਕਿਸਨੂੰ ਆਖੀਏ ਜਾਂ ਤਿਸਕੇ ਕੋਈ ਨਾ ਹੈ। ਇਹ ਸਿਧਾਂਤ ਕੇਵਲ ਤੇ ਕੇਵਲ ਸਤਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾਵਾਂ ਦੇ ਵਿੱਚ ਸਾਨੂੰ ਕਿਸੇ ਨੂੰ ਊਚ ਕਿਸੇ ਨੂੰ ਨੀਚ ਨਹੀਂ ਕਿਸੇ ਨੂੰ ਜਾਤੀ ਤੌਰ 'ਤੇ ਨਹੀਂ ਲੇਕਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਇਹ ਸਿਧਾਂਤ ਦਿੱਤਾ ਹਰ ਇੱਕ ਦੇ ਨਾਲ ਪਿਆਰ ਹਰ ਇੱਕ ਦੇ ਨਾਲ ਮੁਹੱਬਤ ਕਿਸੇ ਕੋਈ ਜਾਤੀ ਤੌਰ 'ਤੇ ਔਰ ਉਹਨਾਂ ਨੇ ਉਹਨਾਂ ਪੂੰਜੀਵਾਦੀ ਲੋਕਾਂ ਨੂੰ ਉਹਨਾਂ ਪੂਜਾ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਔਰ ਉਹਨਾਂ ਨੇ ਪਖੰਡਬਾਜ਼ੀ ਬੁੱਧ ਪ੍ਰਸਤੀ ਲੋਕਾਂ ਨੂੰ ਵੀ ਹਰ ਤਰ੍ਹਾਂ ਕਰਕੇ ਏਕ ਨੂਰ ਤੇ ਸਭ ਜਗ ਉਪਜੇ ਵਾਲਾ ਸਿਧਾਂਤ ਦੇ ਕੇ ਨਾਨਕ ਨਾਮ ਚੜ੍ਹਦੀ ਕਲਾ ਸਿਧਾਂਤ ਦੇ ਕੇ ਸਾਨੂੰ ਸਭ ਨੂੰ ਇਕੱਠ ਕਰਕੇ ਗਏ। ਅੱਜ ਦਾ ਇਹ ਜੋ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫੁਲਵਾੜੀ ਆਪ ਸਾਰੀ ਗੁਰੂ ਨਾਨਕ ਦੀ ਫੁਲਵਾੜੀ ਨੂੰ ਭਾਵੇਂ ਤੁਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਹੋ ਚਾਹੇ ਤੁਸੀਂ ਅਮੈਰੀਕਾ ਦੇ ਵਿੱਚ ਰਹਿੰਦੇ ਹੋ ਚਾਹੇ ਕਿਤੇ ਵੀ ਰਹਿੰਦੇ ਹੋ ਅਸੀਂ ਕਿੱਥੇ ਵੀ ਇਕੱਠੇ ਹੁੰਦੇ ਹਾਂ ਤੇ ਉਹ ਸਤਿਗੁਰੂ ਨਾਨਕ ਸਾਹਿਬ ਜੀ ਦੀ ਫੁਲਵਾੜੀ ਉਹ ਫੁਲਵਾੜੀ ਦੇ ਵਿੱਚ ਖੁਸ਼ਬੋ ਆ ਵੱਖਰੀ ਵੱਖਰੀ ਸਟੇਜ 'ਤੇ ਦੇ ਕੇ ਗਏ ਹੋ ਉਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲੇ ਦੀ ਆਪ ਸੰਤਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿੱਥੇ ਸਾਨੂੰ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਇੰਨੇ ਸੁੱਖ ਪ੍ਰਾਨ ਦਿੱਤੇ ਨੇ ਉੱਥੇ ਸਾਨੂੰ ਪਿਆਰ ਕਰਨ ਲਈ ਜੋ ਇਸੇ ਹੀ ਰੂਪ ਨੂੰ ਧਾਰ ਕੇ ਧੰਨ ਕਲਗੀ ਧਾਰ ਪਾਤਸ਼ਾਹ ਮਹਾਰਾਜ ਕਹਿ ਕੇ ਗਏ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਗ ਪਾਇਆ। ਪ੍ਰੇਮ ਦੀ ਤੇ ਦਇਆ ਦੀ ਕੋਈ ਹੱਦ ਨਹੀਂ ਹੋਇਆ ਕਰਦੀ, ਕੋਈ ਸੀਮਾ ਨਹੀਂ ਹੋਇਆ ਕਰਦੀ, ਸੀਮਾ ਸ਼ਬਦਾਂ ਦੀ ਹੋਇਆ ਕਰਦੀ ਹੈ। ਤੁਸੀਂ ਗੱਲ ਹੈ ਕਿ ਇੱਥੇ ਜਦੋਂ ਹਰ ਇੱਕ ਪ੍ਰਾਣੀ ਆਇਆ, ਹਰ ਇੱਕ ਦਸਤਾਰ ਵਾਲਾ ਸਿੰਘ ਆਇਆ, ਹਰ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਭ ਦੇ ਆਇਆ, ਉਹਦੇ ਮਨ ਦੇ ਵਿੱਚੋਂ ਇਹ ਗੱਲ ਨਿਕਲਦੀ ਹੈ, ਉਹਦੇ ਹਿਰਦੇ ਵਿੱਚੋਂ ਇਹ ਗੱਲ ਨਿਕਲਦੀ ਹੈ ਵੀ ਪਾਕਿਸਤਾਨ ਦੇ ਵਿੱਚੋਂ ਸਾਨੂੰ ਇੰਨਾ ਪਿਆਰ। ਔਰ ਮੈਂ ਵੀ ਤੀਸਰੀ ਵਾਰ ਆਇਆ, ਪਹਿਲੀ ਵਾਰ ਆਇਆ ਤਾਂ ਮੈਨੂੰ ਮੇਰੇ ਛੋਟੇ ਭਰਾ ਨੇ ਕਿਹਾ, ਕਹਿੰਦੇ ਨੇ ਉੱਥੇ ਨਾ ਜਾਣਾ ਚਾਹੀਦਾ, ਉੱਥੇ ਤਾਂ ਬਹੁਤ ਕੁਛ ਹੋਰ ਹੈ, ਬਹੁਤ ਕੁਛ ਮੈਂ ਉੱਪਰੋਂ ਤੋਂ ਜਿਵੇਂ ਇੱਥੇ ਹਕੀਕੀ ਤੌਰ 'ਤੇ ਦੇਖਿਆ ਝੁੰਬਲੇ ਵਰਗੇ ਦੇ ਪਰਿਵਾਰ ਵਿੱਚ ਗਿਆ। ਮੈਨੂੰ ਇਹਨਾਂ ਪਤਾ ਲੱਗ ਵੀ ਅਸੀਂ ਇਹਦੇ ਮੈਂ ਮਾਨਬਾਜੀ ਦੇ ਵਿੱਚੋਂ ਆਹ ਕੀ ਛੱਡੀਏ ਅਤੇ ਕੀ ਨਾ ਛੱਡੀ, ਇਹੋ ਜਿਹਾ ਪਿਆਰ ਦੇ ਹੋਰ ਆਪ ਜਿਹੜੇ ਜਿਹੜਾ ਵੀ ਕੋਈ ਮਿਲਦਾ ਮੁਸਲਮਾਨ ਵੀਰ ਜਿਹੜਾ ਵੀ ਬੱਚਾ ਮਿਲਦਾ ਉਹ ਇੰਨਾ ਘੁੱਟ ਕੇ ਮਿਲਦਾ ਹਿਰਦੇ ਵਿੱਚੋਂ, ਕਿਉਂਕਿ ਪਿਆਰ ਦੇ ਵਿੱਚ ਜੇ ਸਵਾਰ ਨਹੀਂ ਨਾ ਹੈ ਤਾਂ ਉਹ ਪਿਆਰ ਹਿਰਦੇ ਨੂੰ ਰੁੱਮ ਜਾਇਆ ਕਰਦਾ, ਉਹ ਬਿਲਕੁਲ ਇਹ ਕਹਿੰਦਾ ਵੀ ਬਸ ਸੱਚ ਮੈਂ ਇਹ ਗੱਲ ਵੀ ਕਹੂੰ ਵੀ ਇੰਨਾ ਪਿਆਰ ਹੋ ਸਕਦਾ ਸਾਡੇ ਪਰਿਵਾਰ ਦੇ, ਕਿਉਂਕਿ ਜੇ ਅਸੀਂ ਬੱਚਿਆਂ ਨੂੰ ਪਿਆਰ ਕਰਦੇ ਹਾਂ ਜੇ ਸਾਡੇ ਨਾਲ ਪਿਆਰ ਕਰਦੇ ਨਾ ਕੋਈ ਸਵਾਰਥ ਹੈ ਉਹਨਾਂ ਨੂੰ ਸਵਾਰਥ ਹੈ ਜੇ ਕਿਸੇ ਨਾਲ, ਪਰ ਲੇਕਿਨ ਨਿਰਸਵਾਰਥ ਸਰ ਜਿਹੜੇ ਮੁਸਲਮਾਨ ਵੀਰਾਂ ਨੇ ਪਿਆਰ ਦਿੱਤਾ ਉਹ ਉਹਨਾਂ ਦਾ ਸ਼ਬਦਾਂ ਦੇ ਵਿੱਚ, ਕਿਉਂਕਿ ਸ਼ਬਦਾਂ ਦੀ ਸੀਮਾ ਹੁੰਦੀ ਹੈ, ਧੰਨਵਾਦ ਦਾ ਸੀਮਾ ਹੁੰਦੀ ਹੈ ਕਿ ਦਇਆ ਦੀ ਅਤੇ ਪਿਆਰ ਦੀ ਵੀ ਸੀਮਾ ਨਹੀਂ ਹੋਇਆ ਕਰਦੀ, ਅਤੇ ਪਿਆਰ ਦੇ ਵਿੱਚੋਂ ਜਦੋਂ ਪਿਆਰ ਉਪਜਦਾ ਨਾ ਅਤੇ ਪਿਆਰ ਦੇ ਵਿੱਚੋਂ ਫਿਰ ਇੱਕ ਆਵਾਜ਼ ਆਉਂਦੀ ਹੈ, ਪਿਆਰ ਦੇ ਵਿੱਚੋਂ ਇੱਕ ਐਸੀ ਅਵਸਥਾ ਬਣ ਜਾਂਦੀ ਹੈ ਅਤੇ ਉਹਦੇ ਵਿੱਚੋਂ ਫਿਰ ਕੀ ਨਿਕਲਦਾ, ਉਹਦੇ ਵਿੱਚੋਂ ਅਸੀਸਾਂ ਨਿਕਲਦੀਆਂ ਨੇ। ਅਸੀਸਾਂ ਕਿਹਦੀ ਨਿਕਲੇ ਉਹ ਮੈਂ ਦੋ ਸ਼ਬਦ ਦੇ ਕੇ ਅਤੇ ਆਪ ਜੀ ਦਾ ਧੰਨਵਾਦ ਕਰੂੰ ਜਿਨ੍ਹਾਂ ਨੇ ਇੱਥੇ ਆ ਕੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਪੁਰਬ 'ਤੇ ਔਰ ਇੰਨੇ ਪਿਆਰ ਭਰੇ ਖੁਸ਼ਬੂ ਭਰੇ ਸ਼ਬਦ ਬਣ ਕੇ, ਸ਼ਬਦਾਂ ਦੀ ਖੁਸ਼ਬੂ ਬਣ ਕੇ ਆ ਸੰਗਤਾਂ ਅਤੇ ਮੁਸਲਮਾਨ ਵੀਰ ਇੱਥੋਂ ਦੇ ਰਹਿਣ ਵਾਲੇ ਸਾਰੇ ਵੀਰਾਂ ਨੇ ਜੋ ਪਿਆਰ ਦਿੱਤਾ ਅਤੇ ਉਹਦੇ ਵਿੱਚੋਂ ਪਿਆਰ ਦੇ ਵਿੱਚੋਂ ਕੀ ਅਸੀਸਾਂ ਨਿਕਲੀਆਂ। ਮੈਂ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਾਲਾ ਦੇ ਮਰਦਾਨਾ ਜੀ ਸਨ, ਉਹਨਾਂ ਦੀ ਵੀ ਜਰਕੀ ਸੀ। ਔਰ ਉਸ ਤੋਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਨਾਲ ਵੀਰ ਬੁੱਧੂ ਸ਼ਾਹ ਜੀ ਜਿਨ੍ਹਾਂ ਨੇ ਉਹਨਾਂ ਦੇ ਕਰ ਕਰਮਾਂ ਦੇ ਨਾਲ ਉਹਨਾਂ ਦੇ ਨੀਂਹ ਪੱਥਰ ਦਰਬਾਰ ਸਾਹਿਬ ਜੀ ਦੇ ਰਖਾਇਆ, ਉਹਨਾਂ ਦਾ ਵੀ ਪਿਆਰ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬ ਮਹਾਰਾਜ ਜਿਨ੍ਹਾਂ ਦੇ ਨਾਲ ਨਵੀ ਖਾਨ ਗਨੀ ਖਾਨ ਜੋ ਨਾਲ ਰਹਿੰਦੇ ਸਨ, ਜਿਨ੍ਹਾਂ ਨੇ ਇੰਨਾ ਪਿਆਰ ਗੁਰੂ ਕਲਗੀ ਧਰ ਪਾਤਸ਼ਾਹ ਜੀ ਨਾਲ ਕੀਤਾ ਉਹ ਤਾਂ ਬਹੁਤ ਉੱਚੇ ਲੈਵਲ ਦੀਆਂ ਗੱਲਾਂ ਨੇ, ਲੇਕਿਨ ਅੱਜ ਵੀ ਜੋ ਪਿਆਰ ਵੰਡਿਆ ਇਮਰਾਨ ਖਾਨ ਦੇ ਸਿੱਧੂ ਦਾ ਉਹ ਵੀ ਉਸ ਕੜੀ ਦੇ ਨਾਲ ਜੁੜੀਏ ਤਾਂ ਬਿਲਕੁਲ ਇਹ ਸੱਚ ਹੈ। ਸਤਿਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਦੇ ਸਿਧਾਂਤ ਨੂੰ ਲੈ ਕੇ ਤੁਰਿਆ ਅਤੇ ਗੁਰੂ ਕਿਰਪਾ ਕਰੇ ਇਹਦੇ ਵਿੱਚ ਹੋਰ ਵੀ ਪਿਆਰ ਅਤੇ ਖੁਸ਼ੋ ਵਧੇਗੀ। ਮੈਂ ਕੁਝ ਸ਼ਬਦਾਂ ਦੁਆਰਾ ਇੱਕ ਕਵਿਤਾ ਦੁਆਰਾ ਉਹ ਅਸੀਸ ਅਤੇ ਉਹ ਇੱਕ ਮੈਂ ਜਿਵੇਂ ਜਿਸ ਦਿਨ ਇਹ ਚੱਲਦਾ ਸੀ ਪ੍ਰੋਗਰਾਮ 9 ਤਰੀਕ ਨੂੰ ਅਤੇ ਉਸੇ ਹਰ ਬੱਚਾ USA ਦੇ ਵਿੱਚ ਜੋ ਫੋਨ ਕਰਦੇ ਸੀ ਉਹ TV ਦੇ ਸਾਹਮਣੇ ਬੈਠੇ ਵੀ ਕੀ ਹੋ ਰਿਹਾ ਕਿ ਸਾਰੇ ਬੱਚੇ ਨੇ ਦੇਖਿਆ, ਹਰ ਇੱਕ ਨੇ ਉਹ ਪਿਆਰ ਕਰਕੇ ਦੇਖਿਆ ਨਾ ਅਤੇ ਉਸ ਤੋਂ ਬਾਅਦ ਅਤੇ ਉੱਥੋਂ ਫਿਰ ਮੈਂ ਕਿ ਉਹ
चीज लिखी तो नहीं लेकिन मैं कुछ इकट्ठी की है तो वह शब्द ने असीस जिथे प्यार है वह असीस है जो एक शब्द द्वारा इमरान खान की प्रति और तुहाडे प्रति वह शब्द ने मैं कविता द्वारा कह के जाना चाहवा बहुत बहुत धन्यवाद। वो कहते हैं जू ऐसे तो असी बोलते इमरान खान जी सत श्री अकाल पैदा करो परवान जी पंजाब तो असी बोलते हाँ इमरान खान जी सत श्री अकाल पैदा करो परवान जी तुहाडे नेक कम्मा दा सारी सिख कौम नूं चौ इमरान खान जी दिलों दुआवां जौंदे बसदे रौ इमरान खान जी दिलों दुआवां जौंदे बसदे रौ जित लिया दिल पहला खोल के कोरीडोर रस्ता जित लिया दिल पहला खोल के कोरीडोर रस्ता सिद्धू नूं तुसीं किस वारे एडवांस विच दस दिता चर्चे विच जोड़ी आ गई पै गया सी जदों फौ इमरान खान जी दिलों दुआवां जौंदे बसदे रौ इमरान खान जी दिलों दुआवां जौंदे बसदे रौ सिख कौम दे प्यार नाल तुसी घर ही भर लिया ए सिख कौम दे प्यार नाल तुसी घर ही भर लिया ए सच पुछो ता राज दिलां दे उत्ते कर लिया ए सच पुछो ता राज दिलां दे उत्ते कर लिया ए तुहाडे लई ता जान वार दिए इक वार जोतों इमरान खान जी दिलों दुआवां जौंदे वसदे रौ इमरान खान जी दिलों दुआवां जौंदे वसदे रौ सतगुरु नानक करे वडेरी आजू थोड़ी जी वतन पाक दे समाल मेरा बने रहो मोड़ी जी सतगुरु नानक करे वडेरी आजू थोड़ी जी वतन पाक दे समाल मेरा बने रहो मोड़ी जी पैन दिलां दियां सांझां पैन दिलां दियां सांझां जेकर वेखिए करके गौ इमरान खान जी दिलों दुआवां जौंदे बसदे रौ इमरान खान जी दिलों दुआवां जौंदे बसदे रौ काज करें दा चल मना काधी जित ते हार सज्जन वस्या सी नड़े आपे लै जू पार बहुत बहुत धन्यवाद मलिक साहब जी का आप समझिया संतान का गुरु करे कृपा साढ़िया साझा साडा प्यार साडे रिश्ते कितों भी होर रोजाना गूढ़े होंगे रहन बहुत बहुत गुरु नानक साहब जी के पुरब दियाँ आप संतान समुचे जगत को बहुत बहुत बधाइयां बहुत बहुत धन्यवाद समुची मेल पाठ समुचे प्रबंधक समुचे भाई साहब मलिक साहब जी का सारिया संतान का धन्यवाद हाजिरी प्रदान करो वाहेगुरु जी का खालसा वाहेगुरु जी की फतह।